ਲੋਕ ਸਭਾ ਚੋਣਾਂ ਦਾ ਰੰਗ ਪੂਰੇ ਦੇਸ਼ ਚ ਦੇਖਣ ਨੂੰ ਮਿਲ ਰਿਹਾ ਹੈ। ਆਪਣੇ ਇਲਾਕੇ ਦੀ ਅਤੇ 5 ਸਾਲ ਸੱਤਾ ਤੇ ਕਾਬਜ਼ ਰਹੇ MP ਆਪਣੇ ਵਿਕਾਸ ਦੀ ਉਪਲਬਧੀਆਂ ਗਿਣਾ ਰਹੇ ਹਨ, ਪਰ ਲੁਧਿਆਣਾ ਚ ਕਾਂਗਰਸ ਪਾਰਟੀ ਦੀ ਗੁਟਬੰਦੀ ਦੀ ਐਸੀ ਤਸਵੀਰ ਸਾਹਮਣੇ ਆਈ ਹੈ ਜਿਸ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ। ਕਾਂਗਰਸ ਦੇ MP ਰਵਨੀਤ ਸਿੰਘ ਬਿੱਟੂ ਨੇ ਆਪਣੇ ਪਿਛਲੇ 5 ਸਾਲਾਂ ਦੇ ਵਿਕਾਸ ਦੇ ਕਾਰਜਾਂ ਦੀ ਗਿਣਤੀ ਲੋਕਾਂ ਤੱਕ ਪਹੁੰਚਾਉਣ ਲਈ ਲੁਧਿਆਣਾ ਚ ਸਾਈਨ ਬੋਰਡ ਲਗਾਏ ਹਨ। ਔਰ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਹੀ ਵਿਧਾਇਕ ਰਾਕੇਸ਼ ਪਾਂਡੇ ਨੇ ਰਵਨੀਤ ਬਿੱਟੂ ਦੀ ਕਾਰਜ ਸ਼ੈਲੀ ਤੇ ਸਵਾਲ ਖੜੇ ਕਰ ਦਿੱਤੇ ਹਨ। ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ ਕਿਸੇ ਵੀ ਵਰਕਰ ਨੂੰ ਸਨਮਾਨ ਨਹੀਂ ਦਿੱਤਾ। ਉਹਨਾਂ ਨੇ ਉਹਨਾਂ ਦੇ ਕੰਮਾਂ ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਤਸਵੀਰਾਂ ਤੁਹਾਡੇ ਸਾਹਮਣੇ ਹਨ। ਹਾਲਾਂਕਿ ਰਾਕੇਸ਼ ਪਾਂਡੇ ਨੇ ਕਾਂਗਰਸ ਪਾਰਟੀ ਦੇ ਨਾਲ ਖੜੇ ਹੋਣ ਦਾ ਦਾਅਵਾ ਕੀਤਾ ਹੈ, ਪਰ ਬਿੱਟੂ ਨਾਲ ਨਹੀਂ। ਨਹੀਂ, ਮੈਂਬਰ ਪਾਰਲੀਮੈਂਟ ਨੂੰ ਜਿਸ ਤਰੀਕੇ ਦੇ ਨਾਲ ਧਿਆਨ ਦੇਣਾ ਚਾਹੀਦਾ, ਮੈਂ ਸਮਝਦਾ ਕਿ ਉਸ ਦੇ ਵਿੱਚ ਬਿੱਟੂ ਜੀ ਦੀ ਕਮੀ ਰਹੀ ਹੈਗੀ ਹੈ। ਉਹ ਅਸੀਂ ਸਾਰੇ ਮਹਿਸੂਸ ਕਰਦੇ ਹਾਂ, ਇਕੱਲੇ ਮੇਰੇ ਕਹਿਣ ਦੀ ਗੱਲ ਨਹੀਂ ਹੈਗੀ। ਜਿਸ ਵੀ ਕਿਸੇ ਸਾਥੀ ਨੂੰ ਜਾਂ ਵਰਕਰ ਨੂੰ, ਕਾਮਨ ਵਰਕਰ ਨੂੰ ਤੁਸੀਂ ਪੁੱਛੀ, ਉਹ ਤੁਹਾਨੂੰ ਮਹਿਸੂਸੀਅਤ ਮਿਲ ਜਾਏਗੀ। ਫਰਕ ਜ਼ਰੂਰ ਰਿਹਾ, ਬਾਕੀ ਉਹਨਾਂ ਦੇ ਵਰਕਿੰਗ ਸਟਾਈਲ ਦਾ ਆਪਣਾ ਤਰੀਕਾ ਹੈਗਾ। ਹੁਣ ਮੈਂ ਨਹੀਂ ਸਮਝਦਾ ਵੀ ਉਹ ਕਿਸ ਤਰ੍ਹਾਂ ਆਪਣੀ ਵਰਕਿੰਗ ਕਰ ਰਹੇ ਨੇ, ਜਾਂ ਉਸ ਚੀਜ਼ ਦੀ ਵੀ ਕਮੀ ਰਹੀ ਹੈ, ਪਰ ਟਾਈਮ ਦੇਣ ਦੀ ਵੀ ਕਮੀ ਰਹੀ ਹੈ। ਮੈਂ ਸਮਝਦਾ ਜੋ ਮੇਰੀ ਮਹਿਸੂਸੀਅਤ ਹੈ, ਉਹਨਾਂ ਨੇ ਟਾਈਮ ਪੂਰਾ ਨਹੀਂ ਦਿੱਤਾ ਜਿਸ ਤਰੀਕੇ ਨਾਲ ਮੈਂਬਰ ਪਾਰਲੀਮੈਂਟ ਨੂੰ ਦੇਣਾ ਚਾਹੀਦਾ ਸੀ। ਨਹੀਂ, ਕਈ ਜਗ੍ਹਾ ਮਿਲਣ ਵਾਸਤੇ ਗਏ ਵੀ ਨੇ। ਮੈਂ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਉਹਨਾਂ ਦਾ ਹੁਣ ਆਪਣਾ ਤਰੀਕਾ ਹੈਗਾ ਵਾ ਕੰਮ ਕਰਨ ਦਾ, ਵੇ ਆਫ ਵਰਕਿੰਗ ਹੈ, ਪਰ ਮੈਂ ਨਹੀਂ ਸਮਝਦਾ ਕਿ ਉਹਦੇ ਨਾਲ ਲੋਕਾਂ ਦੀ ਪੂਰੀ ਤਰ੍ਹਾਂ ਨਾਲ ਸੈਟਿਸਫੈਕਸ਼ਨ ਹੈਗੀ ਹੈ। ਐਡਵਰਟਾਈਜ਼ਮੈਂਟ ਕਰਨ ਦਾ ਤਾਂ ਹਰੇਕ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈਗਾ। ਵੋਟਾਂ ਦੇ ਨਾਲ ਕੋਈ ਵੋਟਾਂ ਇਸ ਤਰ੍ਹਾਂ ਨਹੀਂ ਮਿਲਦੀਆਂ ਹੈਗੀਆਂ। ਵੋਟ ਲਗਾ ਕੇ ਅਸੀਂ ਜੋ ਮਰਜ਼ੀ ਕਰੀ ਜਾਈਏ ਜਾਂ ਕਹੀ ਜਾਈਏ, ਇਹ ਠੀਕ ਹੈ ਕਿ ਅੱਜ ਪੰਜਾਬ ਦੇ ਅੰਦਰ ਪੰਜਾਬ ਦੀ ਕਾਂਗਰਸ ਦੀ ਸਰਕਾਰ ਹੈਗੀ ਹੈ, ਔਰ ਅਸੀਂ ਸਾਈਨ ਬੋਰਡ ਦੇ ਉੱਪਰ ਵੀ ਬੋਰਡ ਆਪਣੇ ਲਗਾਈ ਜਾ ਰਹੇ ਹੈਗੇ, ਜਾਂ ਜਿਹੜੇ ਵੀ ਵਰਕਰ ਦਾ ਦਿਲ ਕਰਦਾ ਉੱਠ ਕੇ ਲਗਾ ਲੈਂਦਾ, ਪਰ ਉਸ ਤਰੀਕੇ ਨਾਲ ਮੈਂ ਨਹੀਂ ਸਮਝਦਾ ਕਿ ਵਰਕਿੰਗ ਦੇ ਉੱਤੇ ਉਹ ਕੋਈ ਆਪਣਾ ਇਫੈਕਟ ਛੱਡ ਕੇ ਜਾਂਦੇ ਨੇ। ਉਹ ਆਪਣੇ ਸਾਰਿਆਂ ਦੇ ਸਾਹਮਣੇ ਆ, ਤੁਸੀਂ ਆਪ ਦੇਖ ਸਕਦੇ ਹੋ ਜਾਂ ਪਬਲਿਕ ਨੂੰ ਪੁੱਛੋ, ਮੇਰੇ ਇਕੱਲੇ ਦੇ ਕਹਿਣ ਨਾਲ ਤਾਂ ਕੋਈ ਗੱਲ ਨਹੀਂ ਹੈਗੀ। ਜਿਸ ਤਰੀਕੇ ਦੇ ਨਾਲ ਜੇ ਪੁਰਾਣਾ ਲਿਹਾਜ਼ ਦੇਖੀਏ, ਸਤਵਿੰਦਰ ਸਿੰਘ ਗਰਚਾ ਜੀ ਜਾਂ ਗਾਲਿਬ ਜੀ ਜਾਂ ਓਪੋਜੀਸ਼ਨ ਪਾਰਟੀ 'ਚ ਵੀ ਜੇ ਚਾਹੇ ਥੋੜ੍ਹੀ ਦੇਰ ਲਈ ਮੈਂਬਰ ਪਾਰਲੀਮੈਂਟ ਆਉਂਦੇ ਰਹੇ ਨੇ, ਪਰ ਉਹਨਾਂ ਨੇ ਕੁਛ ਕੋਸ਼ਿਸ਼ ਤਾਂ ਕੀਤੀ। ਇੱਥੇ ਸਵਾਏ ਆਪਾਂ ਕਦੀ DC ਦੇ ਦਫ਼ਤਰ ਬੰਦ ਕਰ ਲਓ, ਕਦੀ ਕਾਰਪੋਰੇਸ਼ਨ ਦੇ ਦਫ਼ਤਰ ਨੂੰ ਤਾਲਾ ਲਗਾ ਲਓ, ਇਸ ਤੋਂ ਇਲਾਵਾ ਤਾਂ ਕੁਛ ਨਹੀਂ ਕੀਤਾ ਮੈਂ। ਉਹਨਾਂ ਚੀਜ਼ਾਂ ਮੈਂ ਕਾਂਗਰਸ ਪਾਰਟੀ ਦੇ ਨਾਲ ਹਾਂ ਜੀ, ਮੈਂ ਕਿਸੇ ਪਰਸਨ ਦੇ ਨਾਲ ਨਹੀਂ ਹੈਗਾ, ਨਾ ਪਹਿਲਾਂ ਵੀ ਸੀਗਾ। ਪਾਰਟੀ ਜਿਸ ਨੂੰ ਵੀ ਭੇਜੇਗੀ ਮੈਂ ਉਸਦੇ ਨਾਲ। ਮੈਂ ਪਾਰਟੀ ਦੇ ਨਾਲ ਗੱਲ ਕਰ ਰਿਹਾ ਜੀ, ਮੈਂ ਪਰਸਨ ਦੇ ਨਾਲ ਗੱਲ ਨਹੀਂ ਕਰ ਰਿਹਾ। ਹਾਂਜੀ, ਦੇਖਾਂਗੇ ਪਾਰਟੀ ਹਜੇ ਕੀ ਡਿਸੀਜਨ ਕਰਦੀ, ਹਜੇ ਤਾਂ ਡਿਸੀਜਨ ਪੈਂਡਿੰਗ ਆ। ਆਪਾਂ ਇਕੱਲੇ ਬਿੱਟੂ ਜੀ ਨੇ ਕਿਹਾ, ਠੀਕ ਹੈ ਵੀ ਸਿਟਿੰਗ ਕਰਕੇ ਉਹਨਾਂ ਦਾ ਹੈਗਾ, ਪਾਰਟੀ ਨੇ ਕਿਸੇ ਕੰਸਿਡਰ ਕਰਨਾ, ਪਰ ਬਾਕੀ ਵੀ ਜਿਹੜੇ ਲੋਕਾਂ ਨੇ ਅਪਲਾਈ ਕੀਤਾ ਪਾਰਟੀ, ਉਹਨਾਂ ਨੇ ਵੀ ਕੰਸਿਡਰ ਤਾਂ ਕਰੇਗੀ, ਕੀ ਪਤਾ ਉਹਨਾਂ 'ਚੋਂ ਕੋਈ ਆ ਜਾਵੇ। ਨਹੀਂ, ਮੈਂ ਵਿਕਾਸ ਨਹੀਂ ਕਹਿ ਰਿਹਾ, ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਉਹਨਾਂ ਨੇ ਪ੍ਰੋਪਰ ਟਾਈਮ ਨਹੀਂ ਦਿੱਤਾ ਜਿਸ ਤਰ੍ਹਾਂ ਮੈਂਬਰ ਪਾਰਲੀਮੈਂਟ ਨੂੰ ਦੇਣਾ ਚਾਹੀਦਾ। ਬਹਰਹਾਲ, ਦੇਖਣ ਵਾਲੀ ਗੱਲ ਇਹ ਵੀ ਹੈ ਕਿ ਜੇਕਰ ਕਾਂਗਰਸ 'ਚ ਗੁਟਬੰਦੀ ਇਸੇ ਤਰ੍ਹਾਂ ਵਧਦੀ ਗਈ ਤਾਂ ਰਵਨੀਤ ਸਿੰਘ ਬਿੱਟੂ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ। ਉੱਥੇ ਜਦ ਰਵਨੀਤ ਸਿੰਘ ਬਿੱਟੂ ਨਾਲ ਇਸ ਬਾਬਤ ਜਾਣਕਾਰੀ ਲੈਣੀ ਚਾਹੀ ਤਾਂ ਉਹਨਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਬਿਊਰੋ ਰਿਪੋਰਟ ਲੁਧਿਆਣਾ ਵਿਊ।